The positively charged heavy mass which occupies only a small volume of an in an atom is called nucleus. And the positive charge jehda sara positive charge di apa gal kiti si heavy mass which occupy a very small volume in an atom. Okay, karda atom de vich bahut thoda volume hai, dekho pura pura atom hai, ide vich inna volume ohne occupy kita jinu apa ki naam ke hai nucleus, jinu apa ki naam davange nucleus da. It is supposed to be present at the center of atom. Ek kithe present hai atom de vich, mera sara atom hai ide hai center te, tenu apa ki ke nucleus. As studied earlier, the alpha particle which pass at a large distance from the nucleus do not suffer any diffraction. ਤਾਂ ਆਪਾਂ ਪਹਿਲਾਂ ਹੀ ਜਿਵੇਂ ਪੜ੍ਹਿਆ ਹੈ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਵੀ ਕੀ ਹੈ ਜਿਹੜੇ ਨਿਊਕਲੀਅਸ ਤੋਂ ਦੂਰ ਜਾ ਰਹੇ ਨੇ ਮਤਲਬ ਖਾਲੀ ਜਗ੍ਹਾ ਦੇ ਵਿੱਚੋਂ ਦੀ ਅਲਫਾ ਪਾਰਟੀਕਲਸ ਨਿਕਲ ਰਹੇ ਨੇ ਉਹਨਾਂ ਨੂੰ ਕੋਈ ਡਿਫਲੈਕਸ਼ਨ ਨਹੀਂ ਹੋ ਰਹੀ ਤੇ ਕੀ ਕਰ ਰਹੇ ਨੇ ਉਹ ਬਿਲਕੁਲ ਸਟ੍ਰੇਟ ਲਾਈਨ ਟਰੈਵਲ ਕਰ ਰਹੇ ਨੇ ਵਿੱਚ ਪਾਸ ਕਲੋਜ਼ ਟੂ ਦੀ ਨਿਊਕਲੀਅਸ ਜਿਹੜੇ ਨਿਊਕਲੀਅਸ ਨੇੜੇ ਆਉਂਦੀ ਲੰਘ ਰਹੇ ਨੇ ਉਹ ਕਿਸੇ ਐਂਗਲ ਤੇ ਮੁੜ ਰਹੇ ਨੇ ਠੀਕ ਹੈ ਵਿੱਚ ਪਾਸ ਕਲੋਜ਼ ਟੂ ਦੀ ਨਿਊਕਲੀਅਸ ਸਫਰ ਸਮਾਲ ਡਿਫਲੈਕਸ਼ਨ ਵੀ ਛੋਟੇ ਛੋਟੇ ਐਂਗਲਸ ਦੇ ਉੱਤੇ ਡਿਫਲੈਕਟ ਕਰ ਰਹੇ ਨੇ ਵਾਈਲ ਵੈਰੀ ਫਿਊ ਵਿੱਚ ਹਿੱਟ ਦਾ ਨਿਊਕਲੀਅਸ ਜਿਹੜੇ ਡਾਇਰੈਕਟਲੀ ਹਿੱਟ ਕਰ ਰਹੇ ਨੇ ਨਿਊਕਲੀਅਸ ਦੇ ਨਾਲ ਆਰ ਆਈਦਰ ਡਿਫਲੈਕਟਡ ਟੂ ਅ ਲਾਰਜ ਐਂਗਲ ਆਰ ਔਰ ਦੇ ਰੀਟ੍ਰੇਸਡ ਦੇਅਰ ਪਾਥ ਜਾਂ ਤਾਂ ਵੱਡੇ ਐਂਗਲ ਤੇ ਡਿਫਲੈਕਟ ਹੋ ਰਹੇ ਨੇ ਜਾਂ ਫਿਰ ਕੀ ਹੋ ਰਹੇ ਨੇ ਜਿਹੜੇ ਰਸਤੇ ਤੋਂ ਆਏ ਨੇ ਜਿਵੇਂ ਨਿਊਕਲੀਅਸ ਹੈ ਨਿਊਕਲੀਅਸ ਦੇ ਨਾਲ ਐਵੇਂ ਆ ਰਹੇ ਨੇ ਅਲਫਾ ਪਾਰਟੀਕਲਸ ਤਾਂ ਉੱਥੇ ਬਿਲਕੁਲ ਬੈਕ ਡਿਫਲੈਕਸ਼ਨ ਤਾਂ ਕੀ ਹੋ ਰਿਹਾ ਰੀਟ੍ਰੇਸ ਹੋ ਰਿਹਾ ਉਹਦਾ ਪਾਥ ਮਤਲਬ ਜਿਹੜੇ ਪਾਥ ਤੋਂ ਆਏ ਸੀ ਉਸੇ ਪਾਥ ਤੇ ਵਾਪਸ ਜਾ ਰਹੇ ਹੈ ਠੀਕ ਹੈ ਤਾਂ ਤਾਂ ਤਿੰਨ ਆਪਾਂ ਵੇਜ਼ ਉਹਨਾਂ ਦੇ ਦੇਖੇ ਵੀ ਕਿਵੇਂ ਪਾਰਟੀਕਲਸ ਐਲਫਾ ਪਾਰਟੀਕਲਸ ਡਿਫਲੈਕਟ ਹੋ ਰਹੇ ਇੱਕ ਕੀ ਹੈ ਜਿਹੜੇ ਖਾਲੀ ਬਿਲਕੁਲ ਖਾਲੀ ਸਪੇਸ ਤੋਂ ਜਾ ਰਹੇ ਸਿੱਧੇ ਲੰਘੇ ਜਿਹੜੇ ਨਿਊਕਲੀਅਸ ਦੇ ਨੇੜੇ ਪੋਜ਼ਿਟਿਵ ਚਾਰਜ ਦੇ ਬਿਲਕੁਲ ਨੇੜੇ ਹੁੰਦੀ ਜਾ ਰਹੇ ਨੇ ਉਹ ਕਿਸੇ ਐਂਗਲ ਤੇ ਡਿਫਲੈਕਟ ਹੋ ਰਹੇ ਸਮਾਲ ਐਂਗਲਸ ਦੇ ਉੱਤੇ ਜਿਹੜੇ ਬਿਲਕੁਲ ਡਾਇਰੈਕਟਲੀ ਇਹਨੂੰ ਅਪਰੋਚ ਕਰ ਰਹੇ ਨੇ ਉਹ ਜਾਂ ਤਾਂ ਵੱਡੇ ਐਂਗਲ ਤੇ ਡਿਫਲੈਕਟ ਹੋ ਰਹੇ ਨੇ ਜਾਂ ਫਿਰ ਉਹ ਉਹਦਾ ਹੀ ਪਾਥ ਰੀਟ੍ਰੇਸ ਕਰ ਰਹੇ ਉਸੇ ਡਾਇਰੈਕਸ਼ਨ 'ਚ ਉਸੇ ਐਂਗਲ ਦੇ ਉੱਤੇ ਵਾਪਸ ਮੁੜ ਰਹੇ ਨੇ ਠੀਕ ਹੈ ਉਸੇ ਮਤਲਬ ਸਾਈਡ 'ਤੇ On this basis, Rutherford supposed a model for the structure of an atom called Rutherford nuclear model of atom. ਇਹ ਸਾਰਾ ਜਿਹੜਾ ਆਪਾਂ ਉੱਪਰ ਕੀਤਾ ਇਹਦੇ ਬੇਸਿਸ 'ਤੇ ਮਤਲਬ ਰਦਰਫੋਰਡ ਨੇ ਨਿਊਕਲੀਅਰ ਮਾਡਲ ਆਫ ਐਟਮ ਦਾ ਨਾਮ ਰੱਖ ਕੇ ਇਹਨੂੰ ਮਤਲਬ ਇਹਦੀ ਸਟਰਕਚਰ ਬਾਰੇ ਦੱਸਿਆ ਕੀ ਦੱਸਿਆ ਦੇਖੋ ਮੇਨ ਫੀਚਰਸ ਕੀ ਹੈ ਇਨ ਐਨ ਐਟਮ ਦਾ ਇੰਟਾਇਰ ਮਾਸ ਐਂਡ ਦਾ ਪੋਜ਼ਿਟਿਵ ਚਾਰਜ ਇਜ਼ ਕੰਸਨਟ੍ਰੇਟਿਡ ਇਨ ਅ ਵੈਰੀ ਸਮਾਲ ਰੀਜਨ ਐਟ ਦਾ ਸੈਂਟਰ ਨੋਨ ਐਜ਼ ਨਿਊਕਲੀਅਸ ਤਾਂ ਜਿਹੜਾ ਆਪਾਂ ਉੱਪਰ ਪੜ੍ਹੇ ਵੀ ਸਾਰਾ ਮਾਸ ਕਿੱਥੇ ਹੈ ਜਿਵੇਂ ਮੰਨ ਲਓ ਇਹ ਐਟਮ ਹੈ ਤਾਂ ਸਾਰੇ ਦਾ ਸਾਰਾ ਪੋਜ਼ਿਟਿਵ ਚਾਰਜ ਕਿੱਥੇ ਪਿਆ ਸੈਂਟਰ 'ਚ ਕੀ ਇਹਨੂੰ ਉਹਨੇ ਕੀ ਨਾਮ ਦਿੱਤਾ ਨਿਊਕਲੀਅਸ ਦਾ ਇਨ ਐਨ ਐਟਮ ਦਾ ਇੰਟਾਇਰ ਮਾਸ ਇੰਟਾਇਰ ਮਤਲਬ ਸਾਰੇ ਦਾ ਸਾਰਾ ਮਾਸ ਪੋਜ਼ਿਟਿਵ ਚਾਰਜ ਇਜ਼ ਕੰਸਨਟ੍ਰੇਟਿਡ ਇਨ ਅ ਵੈਰੀ ਸਮਾਲ ਰੀਜਨ ਵੀ ਛੋਟੇ ਜਿਹੇ ਇਸ ਏਰੀਏ ਦੇ ਵਿੱਚ ਰੀਜਨ ਦੇ ਵਿੱਚ ਪਿਆ ਐਟ ਦਾ ਸੈਂਟਰ ਦੈਟ ਇਜ਼ ਕਾਲਡ ਨਿਊਕਲੀਅਸ ਇਹਨੂੰ ਕੀ ਕਿਹਾ ਨਿਊਕਲੀਅਸ The volume occupied by the nucleus is negligible small as compared to the total volume of atom. ਜਿਹੜਾ ਦਾ ਵੋਲਿਊਮ ਹੈ ਤੇ ਐਟਮ ਦਾ ਵੋਲਿਊਮ ਹੈ ਐਟਮ ਦਾ ਵੋਲਿਊਮ ਕੀ ਹੈ ਜ਼ਿਆਦਾ ਨਿਊਕਲੀਅਸ ਦਾ ਵੋਲਿਊਮ ਕੀ ਹੈ ਸਮਾਲ ਤਾਂ ਸਾਈਜ਼ ਆਫ ਨਿਊਕਲੀਅਸ ਕਹਿ ਦਿਓ ਜਾਂ ਫਿਰ ਵੋਲਿਊਮ ਕਹਿ ਦਿਓ ਅਪੋਨ ਸਾਈਜ਼ ਆਫ ਐਟਮ 10^-15 ਅਪੋਨ 10^-10 -15 ਹੈ ਪਾਵਰ ਮਾਈਨਸ ਦੇ ਵਿੱਚ ਹੈ ਤਾਂ ਤੁਸੀਂ ਲਓ 0.15 ਜ਼ੀਰੋਜ਼ ਲਗਾਉਣੀਆਂ ਪੈਣਗੀਆਂ ਆਪਾਂ ਨੂੰ ਤਾਂ ਇੱਥੇ ਇਹ ਤਾਂ ਇਹ ਕੀ ਹੈ ਬਹੁਤ ਘੱਟ ਤਾਂ ਜਦੋਂ ਆਪਾਂ ਇਹਨਾਂ ਨੂੰ ਡਿਵਾਈਡ ਕਰਾਂਗੇ 10^-5 ਦਸ ਦਾ ਨਿਊਕਲੀਅਸ ਇਜ਼ ਟੂ ਸਮਾਲ ਇਨ ਕੰਪੈਰੀਜ਼ਨ ਟੂ ਐਟਮ ਤਾਂ ਆਪਾਂ ਕੀ ਕਹਿ ਸਕਦੇ ਵੈਸੇ ਵੀ ਆਪਾਂ ਨੂੰ ਪਤਾ ਨਿਊਕਲੀਅਸ ਸੈਂਟਰ 'ਚ ਆ ਗਿਆ ਸਾਰਾ ਐਟਮ ਹੈ ਆਹ ਦੇਖਣ 'ਚ ਹੀ ਪਤਾ ਲੱਗ ਰਿਹਾ ਬਹੁਤ ਛੋਟਾ ਤਾਂ ਵੋਲਿਊਮ ਘੱਟ ਹੈ ਤਾਂ ਵੋਲਿਊਮ ਜ਼ਿਆਦਾ ਤਾਂ ਨਿਊਕਲੀਅਸ ਕੀ ਹੈ ਬਹੁਤ ਜ਼ਿਆਦਾ ਸਮਾਲ ਹੈ ਜਿਵੇਂ ਤੁਸੀਂ ਐਵੇਂ ਅਜ਼ਿਊਮ ਕਰ ਲਓ ਵੀ ਆਪਾਂ ਕ੍ਰਿਕਟ ਦਾ ਮਤਲਬ ਗਰਾਊਂਡ ਹੈ ਉਹਦੇ ਵਿੱਚ ਪੂਰੇ ਗਰਾਊਂਡ ਦੇ ਵਿੱਚ ਇੱਕ ਬੋਲ ਪਈ ਹੋਵੇ ਤਾਂ ਦੇਖੋ ਬੋਲ ਬਹੁਤ ਜ਼ਿਆਦਾ ਛੋਟੀ ਹੈ ਗਰਾਊਂਡ ਕਿੰਨਾ ਵੱਡਾ ਹੁੰਦਾ ਤਾਂ ਉਹਦੇ ਵਿੱਚ ਕੀ ਲੱਗਦਾ ਉਹ ਨੈਗਲੀਜੀਬਲ ਮਤਲਬ ਉਹਦਾ ਵੋਲਿਊਮ ਅਜ਼ਿਊਮ ਕਰ ਸਕਦੇ ਆਪਾਂ ਬਹੁਤ ਥੋੜ੍ਹਾ ਉਹਦਾ ਵੋਲਿਊਮ ਅਜ਼ਿਊਮ ਕਰ ਸਕਦੇ ਹਾਂ ਬੋਲ ਦਾ ਵੀ ਪੂਰੇ ਆਪਾਂ ਪੂਰੇ ਗਰਾਊਂਡ ਨੂੰ ਦੇਖ ਰਹੀ ਹੋਈਏ ਨਾਲ ਨਾਲ ਉਹ ਬੋਲ ਨੂੰ ਦੇਖਦੇ ਹੋਈਏ ਤਾਂ ਬੋਲ ਦਾ ਸਾਈਜ਼ ਵੋਲਿਊਮ ਬਹੁਤ ਘੱਟ ਹੁੰਦਾ ਅਤੇ ਗਰਾਊਂਡ ਦਾ ਵੋਲਿਊਮ ਬਹੁਤ ਜ਼ਿਆਦਾ ਤਾਂ ਉਹੀ ਚੀਜ਼ ਐਟਮ ਨੂੰ ਕੰਪੇਅਰ ਕਰੋ ਹਾਂਜੀ ਸੈਕਿੰਡ ਹੈਗਾ ਦ ਪੋਜ਼ਿਟਿਵ ਚਾਰਜ ਆਫ ਦਾ ਨਿਊਕਲੀਅਸ ਇਜ਼ ਡਿਊ ਟੂ ਪ੍ਰੋਟੋਨ ਤਾਂ ਨਿਊਕਲੀਅਸ ਜਿਹੜਾ ਪੋਜ਼ਿਟਿਵ ਚਾਰਜ ਹੈ ਕਾਹਦੇ ਕਰਕੇ ਆ ਪ੍ਰੋਟੋਨ ਕਰਕੇ ਐਂਡ ਦ ਮੈਗਨੀਟਿਊਡ ਆਫ ਪੋਜ਼ਿਟਿਵ ਚਾਰਜ ਔਨ ਦ ਨਿਊਕਲੀਅਸ ਇਜ਼ ਡਿਫਰੈਂਟ ਫੋਰ ਡਿਫਰੈਂਟ ਐਟਮ ਤਾਂ ਹੁਣ ਤੁਸੀਂ ਇਹ ਦੇਖੋ ਜਿਹੜਾ ਨਿਊਕਲੀਅਸ ਦੇ ਉੱਤੇ ਚਾਰਜ ਹੋਊਗਾ ਹਰ ਇੱਕ ਐਟਮ ਦੇ ਉੱਤੇ ਅਲੱਗ ਅਲੱਗ ਹੁੰਦਾ ਹਰ ਇੱਕ ਐਟਮ ਦੇ ਵਿੱਚ ਨੰਬਰ ਆਫ ਪ੍ਰੋਟੋਨਸ ਅਲੱਗ ਅਲੱਗ ਹੋਣਗੇ ਨੰਬਰ ਆਫ ਪ੍ਰੋਟੋਨਸ ਅਲੱਗ ਅਲੱਗ ਹੈ ਤਾਂ ਪੋਜ਼ਿਟਿਵ ਚਾਰਜ ਵੀ ਕਿਸੇ 'ਚ ਜਿਵੇਂ ਪ੍ਰੋਟੋਨ ਜਿਵੇਂ ਹਾਈਡਰੋਜਨ ਹੈ ਹਾਈਡਰੋਜਨ ਦੇ ਵਿੱਚ ਇੱਕ ਪ੍ਰੋਟੋਨ ਹੁੰਦਾ ਤਾਂ ਉਹਦੇ ਵਿੱਚ ਪੋਜ਼ਿਟਿਵ ਚਾਰਜ ਅਲੱਗ ਹੋਊਗਾ ਹੀਲੀਅਮ ਲੈ ਲਓ ਉਹਦੇ ਵਿੱਚ ਦੋ ਹੋਣਗੇ ਤਾਂ ਹਰ ਇੱਕ ਦੇ ਵਿੱਚ ਅਲੱਗ ਅਲੱਗ ਨੰਬਰ ਆਫ ਪ੍ਰੋਟੋਨਸ ਆਉਣਗੇ ਠੀਕ ਹੈ ਤਾਂ ਇਹਦਾ ਮਤਲਬ ਕੀ ਹੈ ਪੋਜ਼ਿਟਿਵ ਚਾਰਜ ਆਫ ਦ ਨਿਊਕਲੀਅਸ ਇਜ਼ ਡਿਊ ਟੂ ਪ੍ਰੋਟੋਨ ਐਂਡ ਦ ਮੈਗਨੀਟਿਊਡ ਮੈਗਨੀਟਿਊਡ ਹੁੰਦਾ ਮਤਲਬ ਉਹਦਾ ਜਿਵੇਂ ਆਪਾਂ ਕਹਿੰਦੇ ਕਿਸੇ ਚੀਜ਼ ਦਾ ਮਤਲਬ ਦੀ ਅਮਾਊਂਟ ਕੱਢੀਏ ਆਪਾਂ ਮੈਗਨੀਟਿਊਡ ਆਫ ਪੋਜ਼ਿਟਿਵ ਚਾਰਜ ਔਨ ਦ ਨਿਊਕਲੀਅਸ ਇਜ਼ ਡਿਫਰੈਂਟ ਫੋਰ ਡਿਫਰੈਂਟ ਐਟਮ ਅਲੱਗ ਅਲੱਗ ਐਟਮਸ ਦੇ ਵਿੱਚ ਅਲੱਗ ਅਲੱਗ ਨੰਬਰ ਆਫ ਪ੍ਰੋਟੋਨਸ ਹੋਣਗੇ ਅਤੇ ਅਲੱਗ ਅਲੱਗ ਹੀ
positive charge ऊपर. The mass of nucleus is due to proton and some other neutral particle. जिहड़ा न्यूक्लियस का मास है वह कहदे करके है, एक तो प्रोटोन करके है. एंड सम अदर न्यूट्रल पार्टीकल, तो कुछ को होर न्यूट्रल पार्टीकल भी है. न्यूट्रल मतलब जिन्हें तो कोई चार्ज नहीं होंगे. ईच हैविंग मास नीयरली इक्वल टू मास ऑफ प्रोटोन, उन्होंने उत्ते कोई चार्ज तो है नहीं. न्यूट्रल मतलब कोई चार्ज नहीं, ना प्लस ना माइनस, बट उन्होंने मास है जो कि बराबर है प्रोटोन के. मैं ईच हैविंग मास नीयरली इक्वल टू मास ऑफ प्रोटोन, वह मास कि बराबर है प्रोटोन के मास के बराबर. This neutral particle was discovered later on by Chadwick. हुण इत्थे न्यूट्रल पार्टीकल क्या है, आपां नहीं पता, वह पार्टीकल आपां नूं हले तक पता नहीं किहड़ा है. तो वह पार्टीकल बाद दे विच अगले टॉपिक च करांगे. वह बाद दे विच किहने डिस्कवरी कीती सी, चैडविक ने 1932 दे विच, ते उहने उहदा नाम की रख्या सी न्यूट्रॉन. ये आपां अगले टॉपिक च पढ़ते हैं भी एक कीहड़े न्यूट्रल पार्टीकल कीहड़े ने. नैक्सट हैगा फिर हुण आपां देखिया भी न्यूक्लियस दे विच आपां ने दो चीज़ां पढ़िया ने, एक तो आ गया प्रोटोन, एक पढ़े ने न्यूट्रल पार्टीकल. न्यूट्रल पार्टीकल नूं उहने बाद दे विच चडविक ने डिस्कवर करके उहदा नाम की रख्या न्यूट्रॉन. तो प्रोटोन ते न्यूट्रॉन कलैक्टिवली कित्थे पए हुंदे ने, न्यूक्लियस दे विच. आ न्यूक्लियस दे विच ये न्यूक्लियस दे विच पए हुंदे ने, ते इन्हां नूं आपां कलैक्टिवली की बोलदे आ, न्यूक्लियॉन्स. शॉर्ट दे विच कई वारी क्वेश्चन आ जांदा वट आर न्यूक्लियॉन्स. ठीक है, प्रोटोनस एंड न्यूट्रॉन्स प्रेजेंट इन द न्यूक्लियस, न्यूक्लियस इकट्ठे होंगे ने प्रोटोन ते न्यूट्रॉन, प्रेजेंट इन द न्यूक्लियस कलेक्टिवली आर कॉल्ड न्यूक्लियॉन्स.